ਯੂਐਸਏ ਸਟੱਡੀ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਸੋ ਸਟੂਡੈਂਟਸ ਦਾ ਰੁਝਾਨ ਵੀ ਬਹੁਤ ਪੋਜ਼ਿਟਿਵ ਨਜ਼ਰ ਆ ਰਿਹਾ ਔਰ ਅਗਰ ਅਸੀਂ ਰਿਜ਼ਲਟਸ ਦੀ ਗੱਲ ਕਰੀਏ ਉਹ ਵੀ ਬਹੁਤ ਪੋਜ਼ਿਟਿਵ ਨੇ ਅਸੀਂ ਨਾਲ ਨਾਲ ਸਟੂਡੈਂਟਸ ਨੂੰ ਟਾਈਮਲੀ ਜਿੱਥੇ ਫੋਕਸ ਕਰਨਾ ਹੁੰਦਾ ਉਸ ਨੂੰ ਲੈ ਕੇ ਅਵੇਅਰ ਵੀ ਕਰਦੇ ਹਾਂ ਜੇ ਆਪਾਂ ਗੱਲ ਖਾਸ ਹੋਤੇ ਨਾਲ ਇੰਟਰਵਿਊਜ਼ ਵੀ ਜ਼ਰੂਰ ਕਰਾਂਗੇ ਸਟੂਡੈਂਟਸ ਨੂੰ ਇੰਟਰਵਿਊ ਦੀ ਤਿਆਰੀ ਸਹੀ ਢੰਗ ਨਾਲ ਜ਼ਰੂਰ ਕਰਨੀ ਚਾਹੀਦੀ ਹੈ ਅਸੀਂ ਸਾਰੇ ਜਾਣਦੇ ਹਾਂ ਯੂਐਸਏ ਇੰਟਰਵਿਊ ਬੇਸਡ ਵੀਜ਼ਾ ਲੱਗਦਾ ਹੈ ਤਾਂ ਇੱਥੇ ਹੀ ਤੁਹਾਨੂੰ ਸਭ ਤੋਂ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ ਪਰ ਘਬਰਾਉਣ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਸੋ ਨਾਲ ਆਪਾਂ ਕੋਰਸਿਸ ਉੱਪਰ ਵੀ ਅੱਜ ਗੱਲ ਜ਼ਰੂਰ ਕਰਨੀ ਹੈ ਚਾਹੇ ਆਪਾਂ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਅੱਜ ਦੇ ਸਮੇਂ ਦੇ ਵਿੱਚ ਜੇਕਰ ਤੁਸੀਂ ਕੋਰਸ ਸਿਲੈਕਸ਼ਨ ਸਹੀ ਨਹੀਂ ਕੀਤੀ ਹੈ ਤਾਂ ਤੁਹਾਡਾ ਉਸ ਕੰਟਰੀ ਵਿੱਚ ਪਹੁੰਚਣਾ ਇੰਨਾ मीनिंगफुल ਨਹੀਂ ਰਹਿ ਪਾਉਂਦਾ ਪਰ ਜੇ ਤੁਸੀਂ ਚੰਗੇ ਕੋਰਸ ਸਿਲੈਕਸ਼ਨ ਦੇ ਨਾਲ ਜਾ ਰਹੇ ਹੋ ਤਾਂ ਤੁਸੀਂ ਆਪਣੇ ਫਿਊਚਰ ਨੂੰ ਇੱਕ ਅਲੱਗ ਹੀ ਦਿਸ਼ਾ ਦੇ ਸਕਦੇ ਹੋ ਤੇ ਸਾਡੀ ਕੋਸ਼ਿਸ਼ ਹੈ ਇਹ ਰਹਿੰਦੀ ਹੈ ਕਿ ਜਿਹੜਾ ਵੀ ਸਟੂਡੈਂਟ ਮਨ ਬਣਾ ਰਿਹਾ ਹੈ ਅਬ੍ਰੋਡ ਵਿੱਚ ਸਟੱਡੀ ਕਰਨ ਦਾ ਤਾਂ ਉਹ ਰਾਈਟ ਕੋਰਸੇਜ਼ ਦੇ ਨਾਲ ਸਹੀ ਸਿਲੈਕਸ਼ਨ ਦੇ ਨਾਲ ਹੀ ਅੱਗੇ ਵਧੇ ਤੇ ਆਪਣੇ ਫਿਊਚਰ ਦੀ ਚੰਗੀ ਸੈਟਲਮੈਂਟ ਕਰ ਸਕੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਡਿਟੇਲ ਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਜ਼ ਓਵਰਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਮੈਮ ਅੱਜ ਦੇ ਟਾਈਮ ਵਿੱਚ ਯੂ ਐਸ ਏ ਦੇਖੀਏ ਤਾਂ ਬਾਕੀ ਕੰਟਰੀਜ਼ ਦੇ ਕੰਪੈਰੀਜ਼ਨ ਦੇ ਵਿੱਚ ਕਿੰਨਾ ਕੁ ਪੋਜ਼ਿਟਿਵ ਇੰਟਰਵਿਊ ਬੇਸਡ ਵੀਜ਼ਾ ਹੈ ਸਟੂਡੈਂਟ ਡਰਦਾ ਵੀ ਹੈ ਇੰਟਰਵਿਊ ਤੋਂ ਹਾਲਾਂਕਿ ਅਗਰ ਸਿਰਫ ਇੰਟਰਵਿਊ ਕਲੀਅਰ ਹੋ ਗਿਆ ਨਾਲ ਹੀ ਵੀਜ਼ਾ ਗ੍ਰਾਂਟ ਹੋਣ ਦੀ ਖੁਸ਼ਖਬਰੀ ਸਟੂਡੈਂਟ ਨੂੰ ਮਿਲ ਜਾਂਦੀ ਹੈ ਸੋ ਇਥੇ ਇੰਟਰਵਿਊ ਪੁਆਇੰਟ ਆਫ View ਤੋਂ ਵੀ ਸਟੂਡੈਂਟ यूएसए जाना जेड़ा ज्यादातर स्टूडेंट जेड़े स्टेम कोर्सेस वाले हैं वो जरूर जाना चाहते हैं। हुन यूएस ਦਾ ਜਿਹੜਾ ਵੀਜ਼ਾ ਹੈ ਉਹ ਇੰਟਰਵਿਊ ਬੇਸ ਹੈ ਕਿਉਂਕਿ ਇਹਦੇ ਵਿੱਚ ਟਾਈਮ ਵੇਸ ਨਹੀਂ ਹੈ। ਕੋਈ ਲੰਬੀ ਚੋੜੀ ਫਾਈਲ ਨਹੀਂ ਬਣਾਣੀ ਡੀਐਸ 160 ਫਾਰਮ ਫਿਲ ਕਰਨਾ ਹੈ। ਫਾਈਨੈਂਸ਼ੀਅਲ ਇਨਫੋਰਮੇਸ਼ਨ ਦੇਣੀ ਹੈ ਜੋ ਵੀ ਹੈ ਡੀਐਸ 160 ਦਾ ਆਈ 20 ਦੇ ਰਿਲੇਟਡ। ਫਿਰ ਬੱਚੇ ਦੀ ਇੰਟਰਵਿਊ ਡੇਟ ਲੈਣੀ ਹੈ। ਹੁਣ ਇੰਟਰਵਿਊ ਦੇ ਵਿੱਚ ਬੱਚੇ ਦਾ ਜਿਹੜਾ ਵੀਜ਼ਾ ਡਿਸਾਈਡ ਹੋਣਾ ਇਹ ਨਹੀਂ ਕਿ 2 ਮਹੀਨੇ ਫਾਈਲ ਅੰਬੈਸੀ ਚ ਪਈ ਰਹੇਗੀ 3 ਮਹੀਨੇ ਪਈ ਰਹੇਗੀ ਸੇਮ ਡੇ ਡਿਸੀਜਨ ਹੋਣਾ ਹੁਣ ਤੁਹਾਨੂੰ ਕਿੰਨਾ ਅੱਛਾ ਹੋਣਾ ਚਾਹੀਦਾ ਯੂ ਸ਼ੁਡ ਬੀ ਵੈਲ ਡਰੈਸਡ ਸਭ ਤੋਂ ਪਹਿਲਾਂ ਇਮਪ੍ਰੈਸ਼ਨ ਜਿਹੜਾ ਤੁਹਾਡੇ ਡਰੈਸਿੰਗ ਸੈਂਸ ਦਾ ਪੈਂਦਾ ਤੁਹਾਡਾ ਜਿਹੜਾ ਵਾਲਾਂ ਦਾ ਸਟਾਈਲ ਹੈ ਫੇਸ ਹੈ ਸਾਰੀ ਚੀਜ਼ਾਂ ਤੁਹਾਡੀ ਇਮਪ੍ਰੈਸ਼ਨ ਦਿੰਦੀਆਂ ਤੇ ਉਸ ਦਾ ਇੱਕ ਪ੍ਰੋਪਰ ਪਰਸਨੈਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਸਟੂਡੈਂਟ ਹੋ ਇੱਕ ਅੱਛੀ ਗ੍ਰੈਜੂਏਸ਼ਨ ਕੀਤੀ ਹੈ ਮਾਸਟਰ ਵਾਸਤੇ ਜਾ ਰਹੇ ਹੋ ਤੇ ਇੱਕ ਅੱਛੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਸਿਵਿਲਾਇਜ਼ਡ ਸਟੂਡੈਂਟ ਹੋ ਯਾਨੀ ਕਿ ਵਾਲ ਬਿਖਰੇ ਹੋਏ ਆ ਸ਼ਾਰਟ ਕੋਈ ਵੀ ਪਾਈ ਹੋਈ ਹੈ ਔਰ ਚਲੇ ਗਏ ਇੰਟਰਵਿਊ ਦੇ ਇਟ ਸ਼ੁੱਡ ਨਾਟ ਬੀ ਕਿੱਕ ਸੇ ਵੀ ਐਮਬੈਸਡ ਜੀ ਕਦੇ ਇੰਟਰਵਿਊ ਹੋਏ ਯੂ ਸ਼ੁੱਡ ਬੀ ਵੈਰੀ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਕਪੜੇ ਪਾਓ ਸਭ ਤੋਂ ਪਹਿਲਾਂ ਕਿਉਂਕਿ ਤੁਹਾਡੀ ਲੁੱਕ ਅੱਛੀ ਹੋਏਗੀ ਪਰਸਨੈਲਿਟੀ ਤੁਹਾਡੀ ਅਟਰੈਕਟਿਵ ਹੋਏਗੀ ਦੇਖਣ ਵਾਲਾ 1 ਮਿੰਟ ਚ ਤੁਹਾਡਾ ਪਰਸਨੈਲਿਟੀ ਦੇ 50% ਦੇ ਦਿੰਦਾ ਹੁਣ ਤੁਹਾਡੇ ਆ ਗਏ ਕੁਐਸਚਨਸ ਬੋਲਣ ਚ ਵੀ ਤੁਹਾਡਾ ਕੌਨਫੀਡੈਂਸ ਹੋਣਾ ਚਾਹੀਦਾ ਜੇ ਯੂਐਸ ਵਾਸਤੇ ਵੀਜ਼ਾ ਅਪਲਾਈ ਕਰ ਰਹੇ ਹੋ ਸਭ ਤੋਂ ਪਹਿਲੇ ਜਿਹੜਾ ਅੱਛਾ ਬੱਚਾ ਹੈ ਉਹਨਾਂ ਤੇ ਕੋਈ ਟੈਨਸ਼ਨ ਨਹੀਂ ਦੋ ਮੈਨੂੰ ਮੈਨੂੰ ਲੱਗਦਾ 10 ਮਿੰਟ ਲੱਗਦੇ ਉਸ ਬੱਚੇ ਨੂੰ ਇੰਟਰਵਿਊ ਦੀ ਤਿਆਰੀ ਕਰਾਉਂਦੇ ਜੇ ਸਟੂਡੈਂਟ ਅੱਛਾ ਹੈ ਜੇ ਸਟੂਡੈਂਟ ਨੂੰ ਥੋੜੀ ਪ੍ਰੈਪਰੇਸ਼ਨ ਦੀ ਲੋੜ ਹੈ ਅਸੀਂ 5-7 ਤਸtin ਮੇਰੇ ਟ੍ਰੇਨਰਸ ਕਰਾਉਂਦੇ ਉਹਦੇ ਬਾਅਦ ਲਾਸਟ ਇੰਟਰਵਿਊ ਫਾਈਨਲ ਮੈਂ ਆਪ ਕਰਾਨੀਆ ਕੀ ਪੁੱਛਣਾ ਉਹਨਾਂ ਨੇ ਕਿਉਂ ਤੁਸੀਂ ਇਸ ਯੂਨੀਵਰਸਿਟੀ ਚ ਜਾ ਰਹੇ ਸਭ ਤੋਂ ਪਹਿਲਾਂ ਨਾਮ ਤੋਂ ਸ਼ੁਰੂ ਕਰਦੇ ਆ ਦੇ ਕੈਨ ਆਸ ਕਹਨੀ ਥਿੰਗ ਬਟ ਯੂ ਸ਼ੁਡ ਬੀ ਰੈਡੀ ਤੁਸੀਂ ਤਿਆਰ ਹੋਣਾ ਚਾਹੀਦੇ ਕੁਝ ਵੀ ਪੁੱਛ ਸਕਦੇ ਆ ਹੋ ਸਕਦਾ ਹੈ ਕਿ ਕੁਐਸਚਨ ਪੁੱਛ ਕੇ ਤੁਹਾਨੂੰ ਵੀਜ਼ਾ ਦੇ ਦੇਣ ਹੋ ਸਕਦਾ ਤੁਹਾਡੇ ਤੋਂ 4-5 ਕੁਐਸਚਨ ਕਰਨ ਹੋ ਸਕਦਾ 7-8 ਕਰਨ لیکن زیادہ تر ਜੇ ਤੁਹਾਡਾ ਕੌਨਫੀਡੈਂਸ ਅੱਛਾ ਹੈ ਤੁਹਾਡੀ ਡ्रेसिंग सेंस ਅੱਛੀ ਹੈ ਪਰਸਨੈਲਿਟੀ ਅੱਛੀ ਹੈ ਬਹੁਤ ਛੋਟੇ ਇੰਟਰਵਿਊ ਚ ਤੁਹਾਡਾ ਜਿਹੜਾ ਵੀਜ਼ਾ ਨਿਕਲ ਜਾਂਦਾ ਹੈ ਇਹਨਾਂ ਚੀਜ਼ਾਂ ਦੇ ਨਾਲ ਤੁਹਾਡੀ ਯੂਨੀਵਰਸਿਟੀ ਅੱਛੀ ਹੋਣੀ ਚਾਹੀਦੀ ਹੈ ਸਿਸਟਮ ਚ ਯੂਨੀਵਰਸਿਟੀ ਜ ਜ ਉਹਨਾਂ ਦੀ ਅੱਛੀ ਹੈ ਬਹੁਤ ਕੁਐਸਚਨ ਨਹੀਂ ਹੁੰਦੇ ਆ ਔਰ ਕਿਉਂ ਤੁਸੀਂ ਯੂ ایس ਜਾਣਾ ਚਾ ਰਹੇ ਹੋ ਕਿਉਂ ਇਸ ਯੂਨੀਵਰਸਿਟੀ ਚ ਜਾਣਾ ਚਾ ਰਹੇ ਹੋ ਕੀ ਕੋਰਸ ਲਿਆ ਇਹ ਕੋਰਸ ਕਰਕੇ ਤੁਸੀਂ ਕੀ ਕਰੋਗੇ ਕੌਣ ਸਪான்ਸਰ ਕਰ ਰਿਹਾ ਤੁਹਾਡੀ ਸਟੱਡੀਜ਼ ਨੂੰ ਠੀਕ ਹੈ ਉਹ ਦੇਖਦੇ ਆ ਤੁਹਾਡਾ ਕੌਨਫੀਡੈਂਸ ਕਿੰਨਾ ਹੈ ਸਭ ਤੋਂ ਜ਼ਿਆਦਾ ਰਿਸਰਚ ਤੇ ਜ਼ੋਰ ਹੁੰਦਾ ਕਿ ਕੋਰਸ ਜਿੱਦਾਂ ਪਿੱਛੇ ਮੈਂ ਇੱਕ ਬੱਚੇ ਨੂੰ ਭੇਜਿਆ ਐਮ ਐਸ ਸੀ ਮੈਥ ਕੀਤਾ ਹੋਇਆ ਸੀਗਾ ਉਹਨੇ ਕੁਝ ਐਸਟਰੋਨੋਮੀ ਕੁਛ ਇਦਾਂ ਦਾ ਕੋਰਸ ਲੈਣਾ ਸੀਗਾ ਥੈਟ ਵਾਸ ਵੈਰੀ ਯੂਨੀਕ ਕੋਰਸ ਹੁਣ ਉਹ ਬੱਚੀ ਜਿਹੜੀ ਸੀਗੀ ਮੈਨੂੰ ਲੱਗਦਾ ਉਸ ਤੋਂ ਖਾਲੀ ਇੱਕ ਕੁਐਸਚਨ ਪੁੱਛਿਆ ਐਂਡ ਵੀਜ਼ਾ ਉਹਦਾ ਗ੍ਰਾਂਟ ਹੋ ਗਿਆ ਜੇ ਤੁਸੀਂ ਕੌਨਫੀਡੈਂਸ ਲੈਵਲ ਤੁਹਾਡਾ ਅੱਛਾ ਹੋਏਗਾ ਔਰ ਕੁਐਸਚਨ ਅੱਛੀ ਤਰ੍ਹਾਂ ਤੁਹਾਨੂੰ ਜਿਹੜਾ I20 ਦੇ ਉੱਪਰ ਜਿਹੜੀ ਵੀ ਯੂਨੀਵਰਸਿਟੀ I20 ਦੀ ਸਾਰੀ ਇਨਫਰਮੇਸ਼ਨ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਕਿਹੜੀ ਯੂਨੀਵਰਸਿਟੀ 'ਚ ਜਾ ਰਹੇ ਉਹਦੀ ਫੀਸ ਕਿੰਨੀ ਹੈ ਜਾਂ ਸਕਾਲਰਸ਼ਿਪ ਲੱਗੀ ਹੈ ਤੇ ਕਿੰਨੀ ਸਕਾਲਰਸ਼ਿਪ ਲੱਗੀ ਹੋਈ ਹੈ ਤੁਹਾਨੂੰ ਸਾਰੀ ਚੀਜ਼ਾਂ ਇਹ ਪਤਾ ਹੋਣਗੀਆਂ ਇੰਟਰਵਿਊ ਅੱਛਾ ਹੋਏਗਾ ਵੀਜ਼ਾ ਸੇਮ ਟਾਈਮ ਤੁਹਾਨੂੰ ਗ੍ਰਾਂਟ ਕਰ ਦਿੰਦੇ ਆ ਔਰ ਤੁਹਾਡਾ ਪਾਸਪੋਰਟ ਆਪ ਦੇ ਕੋਲ ਰੱਖ ਲੈਂਦੇ ਆ ਵੈਦਰ ਯੂ ਆਰ ਗੋਇੰਗ ਟੂ ਕਲੈਕਟ ਫਰਮ ਵੀਐਫਐਸ ਆ ਜਾਂ ਕੋਰੀਅਰ ਆਏਗਾ ਔਰ ਜੇ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਤੇ ਪਾਸਪੋਰਟ ਤੁਹਾਨੂੰ ਦੇ ਦਿੰਦੇ ਆ ਦਿਸ ਇਜ਼ ਸੋ ਕੁਇਕ ਡਿਸੀਜਨ ਔਰ ਫੀਸ ਵੀ ਜਿਹੜੀ ਯੂਨੀਵਰਸਿਟੀ ਨੂੰ ਹੈ ਉਹ ਵੀਜ਼ੇ ਦੇ ਬਾਹਰ ਜਾਂਦੀ ਹੈ ਇਸ ਕਰਕੇ ਮੈਨੂੰ ਮੇਰੇ ਮਤਲਬ ਦੈਟ ਇਜ਼ ਵਨ ਆਫ ਮਾਈ ਫੇਵਰਿਟ ਕੰਟਰੀ ਕਿ ਜਿੱਥੇ ਤੁਸੀਂ ਫੀਸ ਵੀ ਵੀਜ਼ਾ ਦੇ ਬਾਅਦ ਦੇਣੀ ਹੈ ਤੁਹਾਡਾ ਕੋਈ ਐਡਾ ਲੰਬਾ ਚੌੜਾ ਨੁਕਸਾਨ ਨਹੀਂ ਹੈ तो जी सर्विस फीस देनी है और अंबेसी फीस देनी है एंड यू आर ऑल सैट इन फॉर द इंटरव्यू इंटरव्यू दो कॉन्फिडेंस है से वीज़ा लैके आओगे और यू एस का वीज़ा सब तो ईजी वीज़ा लैन वास्ते जी सो मैम ओवरऑल प्रोसैसिंग टाइम कि चल रहा है स्टूडेंट हूँ कदों अपलाई करा कि प्रोसैसिंग टाइम समझते हुए और टाइमली अपनी फाइल पर कम कर देखो जी हूँ जैन इनटेक विंटर इनटेक वास्ते एप्लीकेशन और ਸਟੂਡੈਂਟ ਦਾ ਜੋ ਪਰਸੈਂਟੇਜ ਅੱਛੀ ਹੈ ਓਵਰਆਲ ਇਹ ਜਿਹੜਾ ਹੈ ਸਾਰੇ ਟੈਸਟ ਇੰਗਲਿਸ਼ ਦੇ ਐਕਸੈਪਟ ਕਰਦੇ ਆ ਇਹ ਨਹੀਂ ਕਿ ਖਾਲੀ ਆਈਲਸ ਪੀਟੀ ਕਰ ਰਿਹਾ ਆਈਲਸ ਪੀਟੀ ਟੋਫਲ ਡਿਊਲਿੰਗੋ ਕੈਂਬਰੀਜ ਦਾ ਕੋਈ ਟੈਸਟ ਮਤਲਬ ਜਿਹੜੇ ਵੀ ਟੈਸਟ ਇੰਗਲਿਸ਼ ਦੇ ਆ ਉਹ ਸਾਰੇ ਟੈਸਟ ਐਕਸੈਪਟ ਕਰਦੇ ਆ ਕਿਉਂਕਿ ਇਹਨਾਂ ਨੇ ਇੰਟਰਵਿਊ ਲੈ ਕੇ ਇੰਗਲਿਸ਼ ਜੱਜ ਕਰ ਲੈਣੀ ਹੈ ਤੇ ਇਹਨਾਂ ਦੇ ਵਾਸਤੇ ਕੋਈ ਮੈਟਰ ਨਹੀਂ ਕਰਦਾ ਜਿਹੜੇ ਇੰਗਲਿਸ਼ ਦੇ ਟੈਸਟ ਹੈ ਉਹ ਯੂਨੀਵਰਸਿਟੀ ਵਾਸਤੇ ਮੈਟਰ ਕਰਦੇ ਆ ਹੁਣ ਤੁਸੀਂ ਜਨ ਵਾਸਤੇ ਅਪਲਾਈ ਕਰੋਗੇ ਤੁਹਾਡਾ I20 ਤੋਂ ਤਿੰਨ ਯੂਨੀਵਰਸਿਟੀਆਂ ਤੋਂ ਤੁਹਾਡੇ ਕੋਲ ਆਉਣਾ ਚਾਹੀਦਾ ਆਨ ਦੇ ਬਾਅਦ ਇਮੀਡੀਏਟ ਜਿਹੜੀ ਹੈ ਇੰਟਰਵਿਊ ਡੇਟ ਚੱਕੀ ਜਾਂਦੇ ਕਿਉਂਕਿ ਇੰਟਰਵਿਊ ਡੇਟ ਚ ਕਈ ਵਾਰੀ ਥੋੜਾ ਜਿਹਾ ਸਟਰਗਲ ਹੋ ਜਾਂਦਾ ਹੈ ਪ੍ਰੋਸੈਸਿੰਗ ਟਾਈਮ ਤੇ ਜਦ I20 ਤੁਹਾਡਾ ਆ ਗਿਆ ਤੇ ਤੁਸੀਂ ਬਸ ਇੰਟਰਵਿਊ ਦੇਣੀ ਹੈ ਐਂਡ ਯੂ ਕੈਨ ਟੇਕ ਵੀਜ਼ਾ ਇੰਟਰਵਿਊ ਡੇਟ ਕਈ ਵਾਰੀ ਥੋੜਾ ਲੇਟ ਮਿਲਦੀ ਹੈ ਅਦਰਵਾਈਜ਼ ਅੱਜਕਲ ਮਿਲ ਰਹੀ ਹੈ ਕੋਈ ਇੰਨੀ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਬਿਲਕੁਲ ਸੋ ਸਟੂਡੈਂਟ ਜ਼ਰੂਰ ਟਾਈਮਲੀ ਤੁਸੀਂ ਅਪਲਾਈ ਕਰੋ ਔਰ ਸਹੀ ਕੋਰਸੇ ਇਸ ਸੈLECTION ਦੇ ਨਾਲ ਅੱਗੇ ਵਧੋ ਕੋਈ ਸਵਾਲ ਹੈ ਡਾਊਟ ਹੈ ਯੂਐਸਐਸ ਸਟਡੀ ਵੀਜ਼ਾ ਨੂੰ ਲੈ ਕੇ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਨੈਵੀਗੇਟਰਜ਼ ਓਵਰਸੀਜ਼ ਤੋਂ ਸਹੀ ਸਲਾਹ ਸਹੀ ਗਾਈਡੈਂਸ ਨਾਲ ਲੱਗੇ ਵਾ ਸਕਦੇ ਹੋ ਮੋਬਤ ਥੈਂਕਸ ਮੈਮ ਇਹ ਪੂਰੀ ਇਨਫੋਰਮੇਸ਼ਨ ਤੁਸੀਂ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਇੰਟਰਵਿਊ ਨੂੰ ਲੈ ਕੇ ਵੀ ਤੁਸੀਂ ਬਹੁਤ ਖਾਸ ਪੁਆਇੰਟਸ ਹੋਇ ਸਟੂਡੈਂਟਸ ਨੂੰ ਸਮਝਾਏ ਨੇ ਸਟੂਡੈਂਟ ਇਹਨਾਂ ਗੱਲਾਂ ਤੇ ਫੋਕਸ ਕਰਨ ਤਾਂ ਬੜੇ ਹੀ ਆਰਾਮ ਦੇ ਨਾਲ ਉਹ ਆਪਣਾ ਇੰਟਰਵਿਊ ਕਲੀਅਰ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਾਕੂਮੈਂਟ ਜ਼ਰੂਰ ਲੈ ਕੇ ਆਣਾ ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ